ਅਕਾਲ ਅਕੈਡਮੀ ਰਾਮਪੁਰ ਸੁੰਦਰਾ ਦੇ ਮੈਨੇਜਮੈਂਟ ਸਟਾਫ ਮੈਂਬਰਸ ਦੇ ਸਹਿਯੋਗ ਦੇ ਨਾਲ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਕੈਂਪ ਮੈਡੀਕਲ ਕੈਂਪ ਲਗਾਇਆ ਜਿਸ ਦਾ ਮੁੱਖ ਕੇਂਦਰ ਬਿੰਦੂ ਕੈਂਸਰ ਸਕਰੀਨਿੰਗ ਹੈ। ਇਸ ਮੌਕੇ 'ਤੇ ਇੱਕ ਸਮਾਜਿਕ ਕਾਰਜਕਰਤਾ ਹੋਣ ਦੇ ਨਾਤੇ ਔਰ ਐਜੂਕੇਸ਼ਨ ਦੇ ਵਿੱਚ 3 ਦਹਾਕੇ ਤੋਂ ਵੱਧ ਸਮਾਂ ਬਤਾਉਣ ਕਰਕੇ ਐਜੂਕੇਸ਼ਨ ਦੇ ਬਾਰੇ ਜਾਣਦਿਆਂ ਹੋਇਆ ਮੈਂ ਇਹਨਾਂ ਆਰਗਨਾਈਜੇਸ਼ਨ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਕਿ ਇਹਨਾਂ ਨੇ ਇੰਨਾ ਵੱਡਾ ਕੰਮ ਕੀਤਾ ਹੈ ਜਿਹੜਾ ਕੰਮ ਸਰਕਾਰਾਂ ਨਹੀਂ ਕਰਦੀਆਂ। ਲੋੜ ਇਸ ਗੱਲ ਦੀ ਹੈ, ਕੈਂਸਰ ਇਸ ਵਕਤ ਇੰਨੀ ਭਿਆਨਕ ਸਮੱਸਿਆ ਬਣ ਚੁੱਕਾ ਹੈ ਕਿ ਸਾਨੂੰ ਲੋੜ ਹੈ ਅਸੀਂ ਇਸ ਪਾਸੇ ਵੱਲ ਧਿਆਨ ਦੇਈਏ, ਖਾਸ ਕਰ ਅਸੀਂ ਉਹਨਾਂ ਗੱਲਾਂ ਵੱਲ ਧਿਆਨ ਦੇਈਏ ਜਿਹੜੀਆਂ ਕੈਂਸਰ ਨੂੰ ਵਧਾਉਂਦੀਆਂ ਅਤੇ ਫੈਲਾਉਂਦੀਆਂ ਨੇ। ਹੁਣ ਮੈਂ ਖੁਦ ਕੈਂਸਰ ਆਪਣੇ ਪਿੰਡੇ 'ਤੇ ਹੰਡਾਇਆ ਹੈ, ਅੱਜ ਵੀ ਮੈਨੂੰ ਕੈਂਸਰ ਹੈ, ਬੜਾ ਸੀਰੀਅਸ ਕੈਂਸਰ ਹੈ ਜਿਸਦਾ ਨਾਂ ਮਲਟੀਪਲ ਮਾਇਲੋਮਾ ਹੈ, ਉਸਨੂੰ ਬੋਨ ਕੈਂਸਰ ਕਹਿੰਦੇ ਨੇ, ਬੋਨ ਮੈਰੋ ਕੈਂਸਰ ਕਹਿੰਦੇ ਨੇ। ਔਰ ਇਸ ਦੇ ਬਾਰੇ ਮੈਂ ਕਦੇ ਵੀ ਕੋਈ ਵੀ ਆਰਟੀਕਲ ਜਦੋਂ ਪੜ੍ਹਦਾ ਹਾਂ ਤਾਂ ਉਸ ਆਰਟੀਕਲ 'ਚ ਦੂਜੀ ਲਾਈਨ ਲਿਖੀ ਹੁੰਦੀ ਹੈ, ਡ੍ਰੈਡਫੁਲ ਕੈਂਸਰ, ਇਨਕਿਊਰੇਬਲ ਕੈਂਸਰ, ਇਸ ਤਰ੍ਹਾਂ ਦੀ। ਮੈਂ ਨਾ ਬਹੁਤ ਸਾਰੇ ਜਿਹੜੇ ਪੇਜ ਆ ਉਹ ਡਾਊਨਲੋਡ ਕਰਕੇ ਪੜ੍ਹਦਾ ਇਸ ਤਰ੍ਹਾਂ ਨਾਲ ਅਖਬਾਰਾਂ 'ਚੋਂ ਜਾਂ ਕਿਤਿਓਂ ਵੀ, ਅਤੇ ਮੈਨੂੰ ਹਰ ਵਕਤ ਇਹ ਲਾਈਨ ਮੈਨੂੰ ਪੜ੍ਹਨੀ ਪੈਂਦੀ ਹੈ ਕਿ ਮੈਨੂੰ ਉਹ ਕੈਂਸਰ ਹੈ ਜਿਸ ਦਾ ਕੋਈ ਜਵਾਬ ਨਹੀਂ ਹੈ। ਪਰ ਮੈਂ ਆਪਣੇ ਤਜ਼ਰਬੇ ਤੋਂ ਇੱਥੇ ਡਾਕਟਰ ਧਰਮਿੰਦਰ ਜੀ ਨੇ, ਡਾਕਟਰ ਨਵਦੀਪ ਨੇ, ਮੈਡਮ ਸਪੋਂਸਰ ਜਿੰਦਰਪਾਲ ਕੌਰ ਬੈਂ ਸਾਹਿਬਾ ਨੇ, ਮੈਂ ਕਹਿਣਾ ਚਾਹਾਂਗਾ ਕਿ ਭਾਵੇਂ ਮੈਡੀਕਲ ਸਾਇੰਸ ਐਸਾ ਕਹਿੰਦੀ ਹੈ, ਲੇਕਿਨ ਜਿਹੜਾ ਜਲਦੀ ਜਾਂਚ ਹੈ, ਅਰਲੀ ਡਿਟੈਕਸ਼ਨ ਜਿਹੜੀ ਹੈ, ਚੈੱਕਅਪ ਹੈ, ਉਸ ਤੋਂ ਬਾਅਦ ਉਹਦੇ ਨਾਲ ਬਚਿਆ ਜਾ ਸਕਦਾ ਹੈ। ਔਰ ਜੇ ਅਸੀਂ ਕੈਂਸਰ ਨੂੰ ਸ਼ੁਰੂ ਦੀ ਹਾਲਤ ਵਿੱਚ ਪੜ੍ਹ ਲਈਏ ਤਾਂ ਫਿਰ ਬਹੁਤ ਸਾਰੇ ਕੈਂਸਰ ਐਸੇ ਨੇ ਅਸੀਂ ਜਿਨ੍ਹਾਂ ਨੂੰ ਜੜੋਂ ਹੀ ਉਖਾੜ ਸਕਦੇ ਹਾਂ। ਔਰ ਉਸ ਤੋਂ ਬਾਅਦ ਮੈਂ ਤਾਂ ਕਹਿੰਦਾ ਕਿ ਇਸ ਤੋਂ ਅਗਰ ਜ਼ਿਆਦਾ ਵੀ ਖੁਦਾ ਨਾ ਖਾਸਤਾ ਐਸੀ ਗੱਲ ਹੋ ਜਾਂਦੀ ਹੈ ਤਾਂ ਵੀ ਡਰਨ ਘਬਰਾਉਣ ਦੀ ਗੱਲ ਨਹੀਂ, ਹਿੰਮਤ ਨਾਲ, ਇੱਛਾ ਸ਼ਕਤੀ ਨਾਲ, ਔਰ ਜਿੰਨਾ ਕੁਛ ਸਾਡੇ ਕੋਲ ਗਿਆਨ ਉਪਲਬਧ ਹੈ, ਇਲਾਜ ਉਪਲਬਧ ਹੈ, ਉਹਨਾਂ ਇਲਾਜਾਂ ਦੇ ਨਾਲ ਅਸੀਂ ਲੰਬਾ ਅਰਸਾ ਜੀ ਸਕਦੇ ਹਾਂ। ਮੈਂ ਖੁਦ ਦੇਖਿਆ ਹੈ ਕਿ ਮੈਨੂੰ ਡਾਕਟਰਾਂ ਨੇ ਕੁਝ ਮਹੀਨੇ ਦਾ ਮਹਿਮਾਨ 2006 ਵਿੱਚ ਕਿਹਾ ਸੀਗਾ, ਪਰ ਮੈਂ ਓਪਨਲੀ ਜਿਹੜਾ ਚੁਣੌਤੀ ਦਿੱਤੀ ਸੀਗੀ ਕਿ ਮੈਂ ਜੀ ਕੇ ਦਿਖਾਊਂਗਾ। ਮੈਨੂੰ ਕਹਿੰਦੇ 60 ਦਿਨ ਹੈ, ਮੈਂ ਕਿਹਾ ਮੈਂ 60 ਸਾਲ ਜੀ ਕੇ ਦਿਖਾਊਂਗਾ। 3rd ਸਟੇਜ ਹੈ, ਸਰੀਰ ਵਿੱਚ ਫੈਲਿਆ ਹੋਇਆ ਹੈ ਔਰ ਹਾਲਤ ਅੰਦਰੋਂ ਸਾਰੇ ਡਾਕਟਰਾਂ ਦੇ ਸਾਹਮਣੇ ਪ੍ਰੋਗਨੋਸਿਸ ਰਿਪੋਰਟ ਹੈ, ਮੇਰੇ ਸਾਹਮਣੇ ਰਿਪੋਰਟ ਨਹੀਂ ਹੈ, ਮੇਰੇ ਸਾਹਮਣੇ ਮੇਰਾ ਮਨ ਹੈ, ਮੇਰੀ ਹਿੰਮਤ ਹੈ, ਮੇਰੀ ਇੱਛਾ ਸ਼ਕਤੀ ਹੈ, ਜਾਂ ਉਹ ਸਾਰੀ ਟ੍ਰੇਨਿੰਗ ਹੈ ਜਿਹੜੀ ਇੱਕ ਬਹੁਤ ਪਿਛੋਕੜ ਜਾਂ ਪਛੜੇ ਹੋਏ ਪਿੰਡ ਦੇ ਵਿੱਚੋਂ ਚੀਕਣੀ ਮਿੱਟੀ 'ਚੋਂ ਜਨਮ ਲੈ ਕੇ ਅਤੇ ਜਿਹੜੀ ਉਹ ਸਾਰੀ ਮੇਰੇ ਨਾਲ ਜੁੜੀ ਹੋਈ ਜਾਣਕਾਰੀ ਹੈ। ਦੂਜੇ ਪਾਸੇ ਹਾਲਾਤ ਨੇ ਕਿ ਇੱਕ ਸਧਾਰਨ ਪਰਿਵਾਰ ਦਾ ਬੰਦਾ ਜਿਹੜਾ ਇਸ ਵੇਲੇ ਇੰਨਾ ਟ੍ਰੇਨ ਹੋਇਆ ਕਿ ਦੁਨੀਆਂ ਨੂੰ ਕੁਛ ਦੇ ਸਕਦਾ ਹੈ, ਇਸ ਤਰ੍ਹਾਂ ਬਿਮਾਰੀ ਨਾਲ ਮਰ ਜਾਏ, ਮੈਂ ਉਸ ਬੰਦੇ ਨੂੰ ਮਰ ਨਹੀਂ ਦਿਆਂਗਾ। ਅਤੇ 10 ਸਾਲ ਹੋ ਗਏ ਨੇ, ਮੈਂ ਉਸ ਬੰਦੇ ਨੂੰ ਅਜੇ ਤਾਂ ਮਰ ਨਹੀਂ ਦਿੱਤਾ, ਸਗੋਂ ਉਹ ਬੰਦਾ ਜਿਹੜਾ ਹੈ ਉਹ ਵਧੇਰੇ ਵਿਗਰ ਨਾਲ, ਵਧੇਰੇ ਜੋਸ਼ ਨਾਲ, ਵਧੇਰੇ ਉਮਾਹ ਨਾਲ ਜੀਵਿਆ ਹੈ। ਪਰ ਮੈਂ ਇਹਨਾਂ 10 ਸਾਲਾਂ 'ਚ ਜਿੰਨਾ ਕੰਮ ਕੀਤਾ ਹੈ ਸ਼ਾਇਦ ਉਹਦੇ ਲਈ 100 ਸਾਲ ਚਾਹੀਦਾ ਹੈ। ਅਤੇ ਮੈਂ ਇਹੀ ਸੋਚ ਕੇ ਕੰਮ ਕਰਦਾ, ਮੈਂ ਸਿਰਫ 1 ਦਿਨ ਵਾਸਤੇ ਜੀਣਾ ਹੈ, ਅਤੇ 1 ਦਿਨ ਵਾਸਤੇ ਜੀਣਾ ਹੈ। ਅਤੇ ਜਦੋਂ ਮੈਨੂੰ ਪਿਛਲੇ ਦਿਨਾਂ 'ਚ ਇੱਕ ਫਾਰਮ ਪੁੱਛ ਰਿਹਾ ਸੀਗਾ, ਹਾਊ ਯੂ ਕੰਪੋਜ਼ ਜੋ ਸੋ ਮੱਚ ਐਨਰਜੀ, ਅਤੇ ਮੈਂ ਉਸਨੂੰ ਇਹ ਕਿਹਾ ਕਿ ਮੈਂ ਬਚਾ ਕੇ ਨਹੀਂ ਰੱਖਦਾ, ਮੈਨੂੰ ਪਤਾ ਮੈਂ ਅੱਜ ਹੀ ਜੀਣਾ ਹੈ, ਅਤੇ ਮੇਰੇ ਕੋਲ ਜਿੰਨੀ ਐਨਰਜੀ, ਜਿੰਨੇ ਰਿਸੋਰਸ ਨਾਲ ਮੈਂ ਸਭ ਕੁਛ ਲੁਟਾ ਦਿੰਦਾ ਉੱਥੇ, ਅਤੇ ਜੇ ਮੈਂ ਸਾਰੀ ਉਮਰ ਦੀ ਐਨਰਜੀ 1 ਦਿਨ ਵਰਤ ਲਈ, ਆਪੇ ਵੀ ਉਹ ਐਨਰਜੀ ਬਹੁਤ ਜ਼ਿਆਦਾ ਹੋਣੀ ਹੈ। ਸੋ ਇਹ ਤਾਰੀਫ ਕਰਦਾ ਹੋਇਆ ਇਹਨਾਂ ਸੰਸਥਾਵਾਂ ਦੀ ਮੈਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇੰਨਾ ਭਿਆਨਕ ਅਵਸਥਾ ਸਾਡੀ 2010 ਦੀ ਇੱਕ ਰਿਪੋਰਟ ਮੇਰੇ ਧਿਆਨ 'ਚ ਹੈ, ਲਿੰਸਿਟ ਅਮੈਰੀਕਨ ਮੈਗਜ਼ੀਨ ਦੀ ਹੈਲਥ ਦਾ, ਉਹ ਦੁਨੀਆ ਦਾ ਟੌਪ ਮੈਗਜ਼ੀਨ ਹੈ, ਉਹਨੇ ਦੱਸਿਆ ਸੀ ਕਿ ਭਾਰਤ ਵਿੱਚ 1 ਸਾਲ ਦਾ ਸਰਵੇ ਸੀ ਕਿ ਭਾਰਤ ਵਿੱਚ 1 ਸਾਲ ਵਿੱਚ 4,55,000 ਮੌਤਾਂ ਸਿਰਫ ਕੈਂਸਰ ਕਰਕੇ ਹੋਈਆਂ, ਇਹ 2010 ਦੀ ਗੱਲ ਹੈ। ਪਰ ਜੋ ਇਸਦੇ ਪ੍ਰੋਗਨੋਸਿਸ ਜਾਂ ਜੋ ਇਸਦਾ ਵਾਧਾ ਮੈਂ ਦੇਖ ਰਿਹਾ ਹਾਂ, ਮੈਂ ਕਿਉਂਕਿ ਮੈਂ ਖੁਦ ਲਾਈਨਾਂ 'ਚ ਲੱਗਦਾ ਅੱਜ ਇਲਾਜ ਵਾਸਤੇ, ਦੂਜੇ ਪਾਸੇ ਮੈਂ ਇਲਾਜ ਕਰਵਾਉਣ ਵਾਸਤੇ ਲੋਕਾਂ ਲਈ ਖੜਾ ਹੁੰਦਾ, ਮੈਂ ਹਰ ਸਟੇਜ ਦੇ ਉੱਤੇ ਵਿਚਰਦਾ ਹਾਂ। ਅਤੇ 2006 ਵਿੱਚ ਜਦੋਂ ਇਨਵੈਸਟੀਗੇਟ ਮੇਰੇ ਹੋਇਆ ਸੀਗਾ, ਉਦੋਂ ਏਮਸ ਦੀਆਂ ਲਾਈਨਾਂ ਅਤੇ ਅੱਜ ਦੀਆਂ ਲਾਈਨਾਂ ਵਿੱਚ 10 ਗੁਣਾ ਫਰਕ ਹੈ।
2006 ਤੋਂ ਲੈ ਕੇ ਅੱਜ ਤੱਕ ਜਿਹੜਾ ਇਹਦਾ ਰੇਟ ਹੈ ਉਹ 10 ਗੁਣਾ ਹੋ ਸਕਦਾ ਹੈ। ਮੈਂ 2006-07 ਦੇ ਵਿੱਚ ਬਹੁਤ ਘੱਟ ਬੱਚੇ ਲਾਈਨ ਵਿੱਚ ਲੱਗੇ ਹੋਏ ਦੇਖੇ ਸੀਗੇ, ਅੱਜ ਬਹੁਤ ਵੱਡੀ ਗਿਣਤੀ ਵਿੱਚ ਬੱਚੇ ਨੇ। ਕੋਈ ਪਹਿਲਾਂ ਇਹ ਸੀਗਾ ਵੀ ਕੈਂਸਰ ਓਲਡ ਏਜ ਵਿੱਚ ਹੁੰਦਾ ਹੈ, ਮਿੱਥ ਟੁੱਟ ਗਈ। ਅੱਜ ਕੋਈ ਉਮਰ 2-3 ਸਾਲ ਦੇ ਬੱਚਿਆਂ ਤੋਂ ਲੈ ਕੇ ਜਦ ਤੱਕ ਕਿ ਗਰਭ ਦੇ ਵਿੱਚ ਪਲ ਰਹੇ ਬੱਚਿਆਂ ਨੂੰ ਕੈਂਸਰ ਹੋ ਗਿਆ ਹੈ। ਔਰ ਉਹਦਾ ਸਭ ਤੋਂ ਵੱਡਾ ਕਾਰਨ ਜਿੱਥੇ ਪੈਸਟੀਸਾਈਡਸ ਪ੍ਰਦੂਸ਼ਿਤ ਵਾਤਾਵਰਨ ਹੈ, ਉੱਥੇ ਪਤਾ ਨਹੀਂ ਇੱਥੇ ਹਾਜ਼ਰੀਨ ਦੇ ਵਿੱਚੋਂ ਕਿੰਨਿਆਂ ਨੂੰ ਇਸ ਗੱਲ ਦਾ ਇਲਮ ਹੈ ਕਿ ਜਿੱਥੇ ਆਕਸੀਜਨ ਨਹੀਂ ਹੈ ਉੱਥੇ ਕੈਂਸਰ ਹੁੰਦਾ। ਅਤੇ ਪੰਜਾਬ ਦੀ ਜਿਹੜੀ ਹਵਾ ਹੈ ਉਹ ਵਿਹਲੀ ਹੋ ਚੁੱਕੀ ਹੈ, ਜ਼ਹਿਰੀਲੀ ਹੋ ਚੁੱਕੀ ਹੈ। ਸਹੀ ਆਕਸੀਜਨ ਵਾਸਤੇ ਸਾਨੂੰ 33-35% ਫੋਰੈਸਟ ਚਾਹੀਦਾ ਹੈ। ਪੰਜਾਬ ਵਿੱਚ 4% ਫੋਰੈਸਟ ਹੈ, ਜਲੰਧਰ ਦੇ ਵਿੱਚ 0.5% ਫੋਰੈਸਟ ਹੈ। ਔਰ ਸ਼ੁਕਰ ਹੈ ਸਾਡੇ ਲੋਕ ਬਚੇ ਹੋਏ ਨੇ, ਜੋ ਹਾਲਾਤ ਨੇ ਬੁਰੀ ਹਾਲਤ ਹੋਏਗੀ। ਮੈਂ ਲੋਕਾਂ ਨੂੰ ਅਕਸਰ ਕਹਿੰਦਾ ਜਿੱਥੇ ਵੀ ਕਹਿ ਰਿਹਾ ਹੈ ਕਿ ਤੁਸੀਂ ਦਰਖਤਾਂ ਨਾਲ ਧਰਤੀ ਭਰਦੇ ਹੋ, ਆ ਲਿਸਟ ਲੈ ਲਓ ਕੈਂਸਰਾਂ ਦੀ ਕਿਹੜੀ ਹੈ ਅੱਜ, ਅਤੇ ਅੱਜ ਤੋਂ 15 ਸਾਲ ਬਾਅਦ ਅੱਧੇ ਕੈਂਸਰ ਨੂੰ ਕੱਟ ਦੋ ਵਿੱਚੋਂ, ਉਹ ਨਹੀਂ ਰਹਿਣਗੇ, ਇਕੱਲੇ ਆਕਸੀਜਨ ਨਾਲ ਹੀ ਭੱਜ ਜਾਣਗੇ। ਤੁਸੀਂ ਆਕਸੀਜਨ ਵਧਾ ਦਿਓ ਇਸ ਧਰਤੀ 'ਤੇ, ਕੈਂਸਰ ਅੱਧਾ ਖਤਮ ਹੋ ਜਾਏਗਾ। ਸਾਨੂੰ ਹਿੰਮਤ ਕਰਨੀ ਪੈਣੀ ਆ, ਇਲਾਜ ਬਹੁਤ ਔਖੇ ਆ, ਟੋਰਚਰ ਹੋਣਾ ਪੈਂਦਾ ਹੈ। ਅੱਜ ਮੈਂ ਸਵੇਰੇ ਆਪਣੀ ਮਾਤਾ ਨੂੰ ਆਪਣੇ ਉਹ ਨਿਸ਼ਾਨ ਦਿਖਾ ਰਿਹਾ ਸੀ ਕਿ ਮਾਤਾ ਦੇਖ ਤੇਰੇ ਪੁੱਤ ਦੀਆਂ ਹੱਡੀਆਂ ਕੱਟੀਆਂ ਨੇ, ਉਹਨਾਂ ਨੇ ਇਹਦੇ ਟੈਸਟ ਕਰਨ ਲੱਗਿਆ। ਜਦੋਂ ਬੋਨ ਮੈਰੋ ਬਾਇਓਪਸੀ ਹੁੰਦੀ ਹੈ ਤਾਂ ਹੱਡੀ ਪ੍ਰਿਕ ਨਹੀਂ ਕੀਤੀ ਜਾਂਦੀ, ਡਰਿੱਲ ਕੀਤੀ ਜਾਂਦੀ ਹੈ, ਔਰ ਬਿਨਾਂ ਐਨਸਥੀਸੀਆ ਤੋਂ ਡਰਿੱਲ ਕੀਤੀ ਜਾਂਦੀ ਹੈ। ਬਜਾਏ ਇਸ ਦੇ ਕਿ ਅਸੀਂ ਬਿਨਾਂ ਐਨਸਥੀਸੀਆ ਤੋਂ ਆਪਣੀਆਂ ਹੱਡੀਆਂ ਡਰਿੱਲ ਕਰਾਈਏ, ਆਪਣੇ ਆਪ ਨੂੰ ਭਿਆਨਕ ਮਸ਼ੀਨਾਂ ਦੇ ਵਿੱਚ ਪਾਈਏ, ਕਿਉਂ ਨਹੀਂ ਅਸੀਂ ਦਰੱਖਤ ਲਾ ਕੇ, ਮੈਂ ਇੱਥੇ ਅਕੈਡਮੀ 'ਚ ਐਂਟਰ ਕਰਦੇ ਹੀ ਇਹ ਦੇਖਿਆ ਕਿ ਦਰੱਖਤ ਨਹੀਂ ਹੈ। ਮੈਂ ਕਹਿੰਦਾ ਕਿ ਸਭ ਤੋਂ ਪਹਿਲਾਂ ਲਾਈਫ ਦਾ ਜਿਹੜਾ ਚਿੰਨ੍ਹ ਹੈ ਉਹ ਦਰੱਖਤ ਹੈ, ਸਾਨੂੰ ਸਭ ਤੋਂ ਪਹਿਲਾਂ ਦਰੱਖਤ ਲਾਉਣੇ ਚਾਹੀਦੇ ਨੇ। ਅਕੈਡਮੀ ਗੱਲ ਕਰੇ ਜਿੰਨੇ ਪੌਦੇ ਚਾਹੀਦੇ ਆ, ਮੈਂ ਲਗਵਾ ਦੇਗਾ, ਮੈਂ ਭੇਜ ਦਿਆਂਗੇ ਇੱਥੇ, ਤੁਸੀਂ ਕੈਂਪ ਲਗਾਓ, ਪਰ ਪਹਿਲਾਂ ਇਹ ਕੰਮ ਕਰੋ, ਇਮੀਡੀਏਟਲੀ ਦਰੱਖਤ ਲਗਾ ਕੇ ਉਹਨਾਂ ਨੂੰ ਪਾਲੋ, ਉੱਥੋਂ ਆਕਸੀਜਨ ਆਉਂਦੀ ਹੈ, ਆਕਸੀਜਨ ਬਿਮਾਰੀਆਂ ਠੀਕ ਕਰਦੀ ਹੈ। ਹਾਂਜੀ, ਇਹਨਾਂ ਸ਼ਬਦਾਂ ਦੇ ਨਾਲ ਡਾਕਟਰ ਧਰਮਿੰਦਰ ਜੀ ਬਹੁਤ ਹੀ ਐਕਟਿਵਲੀ ਕੰਮ ਕਰ ਰਹੇ ਨੇ। ਮੈਨੂੰ ਖੁਸ਼ੀ ਹੋਈ ਇਹਨਾਂ ਨੂੰ ਮਿਲ ਕੇ ਕਿ ਬੜੇ ਗ੍ਰਾਸ ਰੂਟ ਦੇ ਸਧਾਰਨ ਸ਼ਬਦਾਵਲੀ ਦੇ ਵਿੱਚ ਲੋਕਾਂ ਨੂੰ ਗੱਲਾਂ ਸਮਝਾਉਣੀਆਂ। ਇਹ ਟੈਸਟਾਂ ਦੇ ਬੜੇ ਟੈਕਨੀਕਲ ਨਾਂ ਹੈ, ਮਸ਼ੀਨਾਂ ਦੇ ਬੜੇ ਭਿਆਨਕ ਨਾਂ ਹੈ, ਮਸ਼ੀਨਾਂ ਦੇ ਵਿੱਚ ਵੜਨ ਤੋਂ ਡਰ ਲੱਗਦਾ ਹੈ, ਅੰਦਰ ਕਿੱਦਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਮੈਂ ਤਾਂ ਸਾਰਾ ਕੁਛ ਹੀ ਦੇਖਿਆ ਹੈ, ਹੰਡਾਇਆ ਹੈ, ਅੱਜ ਵੀ ਦੇਖ ਰਿਹਾ। ਮੈਂ ਡਾਕਟਰ ਸਾਹਿਬ ਹੁਣੇ ਗੱਲ ਕਰ ਰਿਹਾ ਸੀਗਾ ਕਿ ਮੇਰੀ ਤਾਂ ਹਾਲਤ ਇਹੋ ਜਿਹੀ ਹੈ ਕਿ ਪਤਾ ਨਹੀਂ ਸ਼ਾਮ ਨੂੰ ਮੈਨੂੰ ਦੌੜਨਾ ਪੈ ਜਾਏ, ਪਰ ਥੈਂਕ ਗੋਡ ਕਿ ਉਸਨੇ ਮੈਨੂੰ ਹਿੰਮਤ, ਇੱਛਾ ਸ਼ਕਤੀ, ਢੰਗ ਤਰੀਕਾ ਇਹੋ ਜਿਹਾ ਦਿੱਤਾ ਹੋਇਆ ਕਿ ਮੈਂ ਉਸ ਦੌੜਨ ਦੀ ਪਰਵਾਹ ਨਹੀਂ ਕਰਦਾ। ਮੈਂ ਤਾਂ ਇਸ ਧਰਤੀ 'ਤੇ ਕਿੰਨੇ ਕਦਮ ਜਿਹੜੇ ਆ ਉਹ ਬੜੇ ਸਹਿਜ ਨਾਲ ਮਜ਼ੇ ਨਾਲ ਲੈ ਜਾ ਸਕਦੇ ਆ, ਮੈਂ ਇਸ ਹਾਲਤ ਵਿੱਚ ਵੀ ਬਹੁਤ ਮਜ਼ੇ ਨਾਲ ਜੀ ਰਿਹਾ ਹਾਂ। ਕਿਤੇ ਹਾਈ ਨਹੀਂ ਕੀਤੀ, ਸੀ ਨਹੀਂ ਕੀਤੀ, ਇੰਜੋਏ ਕੀਤਾ ਹੈ। ਅੱਜ ਵੀ ਮੈਂ ਕਰ ਰਿਹਾ ਲੋਕਾਂ ਨੂੰ ਖੂਨ ਦੇਣਾ, ਪੌਦੇ ਲਗਾਉਣਾ, ਸਿਹਤ ਦੇਣੀ, ਸਾਰਾ ਕੁਛ ਸੋਹਣਾ ਬਣਾ ਦੇਣਾ, ਉਹ ਮੇਰਾ ਇੰਜੋਏ ਹੈ, ਉਹ ਮੇਰਾ ਆਨੰਦ, ਭਰਪੂਰ ਆਨੰਦ ਲੈਣਾ ਅਤੇ ਭਰਪੂਰ ਜੀਣਾ ਆ। ਸੋ ਇੱਕ ਵਾਰ ਫਿਰ ਪ੍ਰਿੰਸੀਪਲ ਮੈਡਮ, ਕਲਸਟਰ ਹੈੱਡ, ਜੋਨਲ ਡਾਇਰੈਕਟਰ, ਮੈਂ ਸਾਰਿਆਂ ਨੇ, ਮੈਨੂੰ ਪਤਾ ਲੱਗਿਆ ਕਿ ਸਾਰੇ ਇਨਵੋਲਵਡ ਨੇ, ਮੈਂ ਸਾਰਿਆਂ ਨੂੰ ਸ਼ਾਬਾਸ਼ੇ, ਮੁਬਾਰਕਬਾਦ, ਸ਼ੁਭਕਾਮਨਾ ਦਿੰਦਾ ਹੈ। ਔਰ ਖਾਸ ਕਰ ਮੈਡਮ ਰਜਿੰਦਰ ਕੌਰ ਬੈਂਸ ਸਾਹਿਬਾ ਕਿ ਉਹਨਾਂ ਨੇ ਕਿੰਨਾ ਖੂਬਸੂਰਤ ਕਰਮ ਕੀਤਾ ਹੈ ਅੱਜ ਦੇ ਇਸ ਕੈਂਪ ਨੂੰ ਸਪੋਂਸਰ ਕਰਕੇ, ਇਹ ਬੜਾ ਵੱਡਾ ਉਸਦਾ ਪੁੰਨ ਦਾ ਕੰਮ ਕੀਤਾ ਹੈ, ਕਿਉਂਕਿ ਇੰਨੇ ਮਹਿੰਗੇ ਟੈਸਟ ਜਿਹੜੇ ਹੈ ਉਹ ਸਾਡੇ ਲੋਕ ਅਫੋਰਡ ਹੀ ਨਹੀਂ ਕਰਦੇ, ਜਿੰਨੇ ਜਿੰਨੀਆਂ ਇਨਵੈਸਟੀਗੇਸ਼ਨ ਮਹਿੰਗੀਆਂ ਨੇ। ਤਾਂ ਤੁਸੀਂ ਅੱਜ ਮੌਕਾ ਦੇ ਕੇ ਪਤਾ ਨਹੀਂ ਕਿੰਨੇ ਲੋਕਾਂ ਨੂੰ ਇਸ ਤੋਂ ਜ਼ਿੰਦਗੀ ਮਿਲਦੀ ਹੈ, ਉਹਨੂੰ ਰਾਹ ਮਿਲਦਾ ਹੈ। ਮੈਂ ਤੁਹਾਡੀ ਤਾਰੀਫ ਕਰਦਾ ਹਾਂ, ਧੰਨਵਾਦ ਕਰਦਾ ਹਾਂ ਕਿ ਤੁਹਾਡਾ ਆਸ਼ੀਰਵਾਦ ਰੂਪੀ ਹੱਥ ਜਿਹੜਾ ਹੈ ਸਧਾਰਨ ਲੋਕਾਂ 'ਤੇ ਇਸੇ ਤਰ੍ਹਾਂ ਬਣਿਆ ਰਹੇ। ਔਰ ਸਾਰਿਆਂ ਦੀ ਤਾਰੀਫ ਅਤੇ ਧੰਨਵਾਦ ਕਰਦਾ ਹੋਇਆ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਇਸ ਮੌਕੇ 'ਤੇ ਅਸੀਂ ਪਹਿਲ ਵੱਲੋਂ ਗੁਰਮਿੰਦਰ ਸਿੰਘ